मैं अपना सैशन दे विच इहनूं जिहड़ी कमेटी सीगी सराह कमेटी जस्टिस सारों कमेटी सी उन्होंने किलियां पंजाब दे विच लैंड सी गवर्नमेंट दी लैंड जिहड़ियां उत्ते किसानां दे ते होर जिन्हां दा कब्जा तुरिया हुंदा सी ਉਹ ਪੂਰੇ ਪੰਜਾਬ ਦੇ ਵਿੱਚ ਡਿਸਾਈਡ ਕਰ ਲਿਆ ਕਿ ਉਹਨਾਂ ਨੂੰ ਮਾਲਕੀ ਹੱਕ ਦੇ ਦਿੱਤੇ ਜਿਹੜਾ ਬੜੀ ਵੱਡੀ ਬਹੁਤ ਪੁਰਾਣੀ ਲੋਕਾਂ ਦੀ ਡਿਮਾਂਡ ਸੀ ਖਾਸ ਕਰਕੇ ਜਿਹੜੇ ਬਾਰਡਰ ਦੇ ਏਰੀਏ ਦਰਿਆਵਾਂ ਦੇ ਜਿਹੜੇ ਮੰਡ ਸੀਗੇ ਉਹਨਾਂ ਦੇ ਵਿੱਚ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੈਕਸੀਮਮ ਜਿਹੜੀ ਜ਼ਮੀਨ ਇਹਨਾਂ ਜ਼ਿਲ੍ਹਿਆਂ ਸੀ ਉਹਦੇ ਵਿੱਚ ਮਾਲਕੀ ਹੱਕ ਜਿਹੜੇ ਉਹ ਸਟਾਰਟ ਕਰ ਦਿੱਤੇ ਅਤੇ ਉਹਨਾਂ ਨੂੰ ਜਿਹੜੇ ਕਬਜ਼ੇ ਦੇ ਆਧਾਰ 'ਤੇ ਉਹਨਾਂ ਲੋਕਾਂ ਨੂੰ ਉਹ ਮਾਲਕੀ ਹੱਕ ਦੇ ਦਿੱਤੇ ਜਾਣ ਕਿਸ਼ਤਾਂ ਦੇ ਦੇਣਗੇ ਜੋ ਵੀ ਕਰਨਗੇ ਜਿਹੜਾ ਰੇਟ ਫਿਕਸ ਕਰਨਗੇ ਉਹ ਲੋਕਾਂ ਕਿਸਾਨਾਂ ਦੇ ਨਾਲ ਜਿਹੜੇ ਪਬਲਿਕ ਦੀ ਰਿਪ੍ਰਜੈਂਟੇਟਿਵ ਆ ਸਾਰਿਆਂ ਨਾਲ ਬੈਠ ਕੇ ਉਹਦਾ ਕੱਢ ਕੇ ਅਤੇ ਉਹਦੇ 'ਤੇ ਅਸੀਂ ਜ਼ਮੀਨ ਜਿਹੜੀ ਉਹ ਕਰ ਦਿੱਤੀ ਜਾਏਗੀ। ਇੱਕ ਤੁਸੀਂ ਜੇਲ੍ਹਾਂ ਬਾਰੇ ਦੱਸਿਆ ਸੀ ਕੁਛ ਜੇਲ੍ਹ ਜਿਵੇਂ ਫਿਰੋਜ਼ਪੁਰ ਦੀ ਜੇਲ੍ਹ ਇਹਨਾਂ MLA ਸਾਹਿਬ ਦੋਨੋਂ ਬੈਠੇ ਨੇ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਜੇਲ੍ਹ ਆ ਬੜੇ ਕੰਜਸਟਡ ਏਰੀਏ 'ਚ ਉਹਨੂੰ ਬਣਾਇਆ ਗਿਆ ਔਰ ਜਿਹੜੇ ਨੇ ਜੇਲ੍ਹ ਦੇ ਵਿੱਚੋਂ ਜੇਲ੍ਹ ਡਿਪਾਰਟਮੈਂਟ ਨੇ ਵੀ ਕਿਹਾ ਕਿ ਸਾਨੂੰ ਜਿਸ ਵੇਲੇ ਵੀ ਕੋਈ ਜ਼ਰੂਰਤ ਪੈਂਦੀ ਆ ਬਾਜ਼ਾਰਾਂ ਦੇ ਵਿੱਚੋਂ ਦੇ ਨਿਕਲਣਾ ਪੈਂਦਾ ਉਹਦੇ ਬਾਰੇ ਅਸੀਂ ਸੋਚ ਰਹੇ ਹਾਂ ਕਿ ਇਹ ਜੇਲ੍ਹ ਨੂੰ ਬਾਹਰ ਸ਼ਿਫਟ ਕਰ ਦਿੱਤਾ ਜਾਏ। ਇਸੇ ਤਰ੍ਹਾਂ ਜਿਹੜੀ ਮੋਗਾ ਦੀ ਜੇਲ੍ਹ ਹੈ ਬਹੁਤ ਛੋਟੀ ਆ ਡਿਸਟ੍ਰਿਕਟ ਬਣ ਗਿਆ ਉਹਨੂੰ ਵੀ ਸ਼ਿਫਟ ਕਰਨ ਦੀ ਔਰ ਇਹਨਾਂ ਨਾਲ ਸਲਾਹ ਕਰਕੇ ਜਿੱਥੇ ਵੀ ਸਾਨੂੰ ਕੋਈ ਸੂਟੇਬਲ ਜਗ੍ਹਾ ਮਿਲੀ ਇਮੀਡੀਏਟਲੀ ਅਸੀਂ ਉਹਦੇ 'ਤੇ ਕੰਮ ਸਟਾਰਟ ਕਰ ਦਿਆਂਗੇ ਅਤੇ ਨਾਲ ਹੀ ਇੱਕ ਅਸੀਂ ਮੋਹਾਲੀ ਦੇ ਕੋਲ ਓਪਨ ਜੇਲ੍ਹ ਦਾ ਵੀ ਸਾਡਾ ਹੈਗੀ ਉਹ CM ਸਾਹਿਬ ਕੋਲ ਫਾਈਲ ਚਲੀ ਗਈ ਉਹ ਬਹੁਤ ਜਲਦੀ ਕਲੀਅਰ ਹੋ ਕੇ ਆ ਜਾਏਗੀ। ਪੰਜਾਬ 'ਚ ਅਜੇ ਦੋ ਜੇਲ੍ਹਾਂ ਜਿਹੜੀ ਇੱਥੇ ਦੀ ਆ ਤੁਹਾਡੀ ਫਿਰੋਜ਼ਪੁਰ ਔਰ ਮੋਗਾ ਜਿਹੜੀਆਂ ਨੇ ਇਹਨਾਂ ਦੋਨਾਂ ਜੇਲ੍ਹਾਂ ਦੀ ਪ੍ਰਪੋਜ਼ਲ ਬਣਾ ਰਹੇ ਹਾਂ ਅਤੇ ਇਸੇ ਤਰ੍ਹਾਂ ਹੀ ਜਿਵੇਂ ਨਵੇਂ ਦੋ ਡਿਸਟ੍ਰਿਕਟ ਬਣੇ ਨੇ ਫਤਿਹਗੜ੍ਹ ਸਾਹਿਬ ਔਰ ਮੋਹਾਲੀ ਇਹਨਾਂ ਦੀ ਜੇਲ੍ਹ ਹੈ ਨਹੀਂ ਇਹਨਾਂ ਦੀ ਜਿਵੇਂ ਮੋਹਾਲੀ ਦੀ ਅਤੇ ਓਪਨ ਜੇਲ੍ਹ ਦੀ ਪ੍ਰਪੋਜ਼ਲ ਹੈ ਅਤੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਆ ਉਹ ਦੂਸਰੀ ਜੇਲ੍ਹ ਦੀ ਵੀ ਪ੍ਰਪੋਜ਼ਲ ਅਸੀਂ ਤਿਆਰ ਕਰ ਰਹੇ ਹਾਂ। ਇੱਕ ਤੁਸੀਂ ਦੱਸ ਰਹੇ ਸੀ ਕੁਝ ਪੰਜਾਬ ਦੇ ਪਿਛਲੇ ਕੁਝ ਟਾਈਮ ਦੇ ਵਿੱਚ ਮੋਬਾਈਲ ਫੋਨ ਵਗੈਰਾ ਉਹਦੇ 'ਚ ਮੈਂ ਇੱਕ ਦੱਸਣਾ ਚਾਹੁੰਦਾ ਕਿ ਅਜੇ ਵੀ ਜਿਹੜੇ ਮੋਬਾਈਲ ਜਾਂ ਹੋਰ ਕੋਈ ਮਿਲਦੀਆਂ ਚੀਜ਼ਾਂ ਉਹਦੇ ਲਈ ਪੰਜਾਬ ਪੁਲਿਸ ਨੂੰ ਅਸੀਂ ਲਿਖ ਕੇ ਭੇਜ ਦਿੰਦੇ ਹਾਂ ਜਾਂ ਜਿਹੜੇ ਮੋਬਾਈਲ ਫੜੇ ਜਾਂਦੇ ਆ ਕੈਦੀ ਫੜੇ ਜਾਂਦੇ ਆ ਉਹਨਾਂ ਦੀ ਉੱਥੇ ਬਕਾਇਦਾ FIR ਕਰਵਾਈ ਜਾਂਦੀ ਹੈ। ਪਰ ਉਹਦੇ ਨਾਲ ਦੀ ਨਾਲ ਮੇਰੀ ਇੱਕ DG ਪੰਜਾਬ ਨਾਲੋਂ CM ਸਾਹਿਬ ਨਾਲ ਕਈ ਵਾਰ ਮੀਟਿੰਗ ਹੋ ਗਈ ਆ ਕਿ ਜਿਹੜੇ ਮੋਬਾਈਲ ਫੜੇ ਜਾਂਦੇ ਆ ਉਹਨਾਂ ਕੈਦੀਆਂ ਦੀ ਪ੍ਰੋਪਰ ਇੰਟਰੋਗੇਸ਼ਨ ਹੋ ਕੇ ਔਰ ਇਹ ਪਤਾ ਲਾਇਆ ਜਾਏ ਕਿ ਜਿਹੜੇ ਮੋਬਾਈਲ ਕਿਵੇਂ ਅੰਦਰ ਜਾਂਦੇ ਆ ਤਾਂ ਹੀ ਜੇਲ੍ਹ ਡਿਪਾਰਟਮੈਂਟ ਉਹਨੂੰ ਕੰਟਰੋਲ ਕਰ ਪਾਏਗਾ। ਅਦਰਵਾਈਜ਼ ਅਸੀਂ ਕੇਸ ਫੜਾ ਦਿੰਦੇ 1400-1500 ਇਸ ਵਾਰੀ ਵੀ ਫੜਿਆ ਗਿਆ ਅਤੇ ਉਹਦੇ 'ਚ ਜਿੰਨਾ ਚਿਰ ਪੰਜਾਬ ਪੁਲਿਸ ਸਾਨੂੰ ਇਨਪੁੱਟ ਨਹੀਂ ਦਿੰਦੀ ਕਿ ਆਹ ਬੰਦੇ ਦਾ ਜਿਹੜਾ ਮੋਬਾਈਲ ਜਿਹਦੇ ਕੋਲ ਫੜਿਆ ਗਿਆ ਕਿਵੇਂ ਜੇਲ੍ਹ ਦੇ ਵਿੱਚ ਗਿਆ ਇਹ ਚੀਜ਼ਾਂ ਬਾਰੇ CM ਸਾਹਿਬ ਨੂੰ ਪਿੱਛੇ ਜਿਹੜੀ ਸਾਡੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਨੂੰ ਉਹਦੇ ਬਾਰੇ ਸਾਰਾ ਦੱਸਿਆ ਕਿ ਇਹਦੇ ਬਾਰੇ ਸਾਨੂੰ ਜਲਦੀ ਜਿਹੜੀ ਆ ਉਹ ਇਨਫੋਰਮੇਸ਼ਨ ਦਿੱਤੀ ਜਾਏ। ਇੱਕ ਦਿਨ ਨਵਾਂ ਸਾਹਿਬ ਕਰਤਾਰਪੁਰ ਲਾਂਘੇ ਦਾ ਜਿਹੜਾ ਪਾਕਿਸਤਾਨ ਵੱਲੋਂ ਕੀਤਾ ਗਿਆ ਉਹਦੇ ਬਾਰੇ ਕੁਛ ਕਹਿਣਾ? ਕਰਤਾਰਪੁਰ ਸਾਹਿਬ ਲਾਂਘੇ ਦੀ ਜਿਹੜੀ ਉੱਥੇ ਮੇਰੀ ਪਰਸੋਂ ਵੀ ਮੀਟਿੰਗ ਕਰਕੇ ਆਏ ਹਾਂ ਉਹਦੇ ਵਿੱਚ ਜਿਹੜੀ ਸ਼ਤਾਬਦੀਆਂ ਦੇ ਜਿਹੜੇ ਸਮਾਪਤੀ ਸਮਾਰੋਹ ਨੇ ਉਹ ਡੇਰਾ ਬਾਬਾ ਨਾਨਕ ਕੀਤੇ ਜਾਣਗੇ ਅਤੇ ਉਹਦੇ 'ਚ ਗਵਰਨਮੈਂਟ ਆਫ ਇੰਡੀਆ ਨੂੰ ਰਿਕੁਐਸਟ ਵੀ ਕੀਤੀ ਹੈ ਕਿ ਜਲਦੀ ਜਿਹੜੀ ਆ ਉਸ ਦਿਨ ਜੇ ਆਰੰਭਤਾ ਵਾਲੇ ਦਿਨ ਸਾਨੂੰ ਦਰਸ਼ਨ ਜਿਹੜੇ ਹੋਏ ਸੀਗੇ ਅਤੇ ਸਮਾਪਤੀ 'ਤੇ ਵੀ ਦੋਨਾਂ ਸਰਕਾਰਾਂ ਨੂੰ ਬੈਠ ਕੇ ਇਹਨੂੰ ਲਾਂਘੇ ਨੂੰ ਜਲਦੀ ਤੋਂ ਜਲਦੀ ਖੋਲ੍ਹਣਾ ਚਾਹੀਦਾ ਤਾਂ ਕਿ ਜਿਹੜੀ ਉਹ ਚੀਜ਼ ਜਿਹੜੀ ਪਹਿਲੀ ਸੀ ਜੇ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਗੁਰਦੁਆਰਾ ਜਿਹੜੇ ਨੇ ਉਹ ਧਾਰਮਿਕ ਸਥਾਨ ਖੋਲ੍ਹ ਦਿੱਤੇ ਆ ਅਤੇ ਇਹਦਾ ਵੀ ਜਲਦੀ ਖੋਲ੍ਹਣਾ ਚਾਹੀਦਾ। ਇੱਕ ਜਿਹੜਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਨੇ ਸਾਰੇ ਇੰਤਜ਼ਾਮਾਂ ਕਰਨ ਦਾ ਕਹਿੰਦੇ ਉਹਦੇ 'ਚ ਕੋਈ ਸਿੱਖ ਨਹੀਂ ਹੈ? ਬਿਲਕੁਲ ਇਹਦੇ 'ਚ ਉੱਥੋਂ ਦੇ ਜਿਹੜਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਪ੍ਰਧਾਨ ਸਾਹਿਬ ਦੀ ਵੀ ਸਟੇਟਮੈਂਟ ਆਈ ਆ ਪਰ ਜਿਹੜੀ ਉੱਥੋਂ ਦੀ ਪ੍ਰਬੰਧ ਦੇਣਾ ਔਰ ਜਿਸ ਤਰ੍ਹਾਂ ਇਮਰਾਨ ਸਾਹਿਬ ਨੇ ਕੀਤਾ ਸੀਗਾ ਲਾਂਘੇ ਖੋਲ੍ਹ ਕੇ ਬੜੀ ਫਰਾਖਤੀ ਲਈ ਕੀਤੀ ਸੀ ਉਹਦੇ ਬਾਅਦ ਇਹੋ ਜਿਹੀਆਂ ਚੀਜ਼ਾਂ ਲਾਉਣੀਆਂ ਇਹ ਉਹਨਾਂ ਲਈ ਠੀਕ ਨਹੀਂ ਔਰ ਇਹ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਇਮੀਡੀਏਟਲੀ ਨੂੰ ਵਿਦਡਰਾਅ ਕਰਕੇ ਨਹੀਂ ਬਹੁਤਾ ਨਹੀਂ ਤੇ 50-50 ਜਿਹੜੀ ਆ ਇਹਨਾਂ ਦੇ ਮੈਂਬਰ ਹੋਣੇ ਚਾਹੀਦੇ। ਕਿਤਨੀ ਪਿਆਰੀ ਆਏ ਹਾਏ ਜਾਣੇ ਕੀ ਖਾਏ।
छह महीने में होगा माँ का दूध ही। ना रे ना, जरूर खाए कुछ और भी। दीदी चावल का माड़ या फिर दाल का पानी, ध्यान से देख है कुछ और कहानी। मुन्नी ऐसे बढ़ती जाए। बताओ ना क्या क्या खाए। यही सब, पर छह महीने की हुई अभी तो। अरे तभी तो। घर में जो भी हो सब पकाओ, गाढ़ा बनाओ और खिलाओ। छह महीने जब पूरे हो जाएं, पेट पूजा की घड़ी आए